ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪਹਿਲਾਂ ਡਾਕਟਰ ਦਾ ਨਾਮ ਪੁੱਛਿਆ ਗਿਆ, ਫਿਰ ਉਸ ਤੇ ਫਾਇਰਿੰਗ ਕੀਤੀ ਗਈ, ਨਾਲ ਹੀ ਨਰਸ ਤੇ ਵੀ ਗੋਲੀਆਂ ਚਲਾਈਆਂ ਗਈਆਂ। ਦੱਸਦੀਏ ਕਿ ਅਣਪਛਾਤਿਆਂ ਦੇ ਵੱਲੋਂ ਕਲੀਨਿਕ ਦੇ ਵਿੱਚ ਦਾਖਲ ਹੋ ਕੇ ਡਾਕਟਰ ਅਤੇ ਇੱਕ ਨਰਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ, ਰੌਲਾ ਪੈ ਗਿਆ ਔਰ ਚੀਕ ਚਿਹਾੜਾ ਮੱਚ ਗਿਆ। ਦੱਸਦੀਏ ਕਿ ਦਵਾਈ ਲੈਣ ਦੇ ਬਹਾਨੇ ਇਹ ਬਦਮਾਸ਼ ਕਲੀਨਿਕ ਦੇ ਵਿੱਚ ਦਾਖਲ ਹੋਏ ਸੀ ਔਰ ਇਹਨਾਂ ਨੇ ਪਹਿਲਾਂ ਡਾਕਟਰ ਦਾ ਨਾਮ ਪੁੱਛਿਆ, ਫਿਰ ਉਸ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ। ਕੋਲ ਖੜੀ ਨਰਸ ਦੀ ਬਾਂਹ ਤੇ ਵੀ ਇਹਨਾਂ ਨੇ ਗੋਲੀ ਚਲਾ ਦਿੱਤੀ। ਮਾਮਲਾ ਤਰਨ ਤਾਰਨ ਦੇ ਪੱਟੀ ਦੇ ਸਰਹਾਲੀ ਰੋਡ ਦਾ ਹੈ। ਇੱਥੇ ਕਲੀਨਿਕ ਦੇ ਵਿੱਚ ਤਾੜ ਤਾੜ ਗੋਲੀਆਂ ਚੱਲੀਆਂ ਨੇ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰ ਨਿਸ਼ਾਨ ਸਿੰਘ ਅਤੇ ਨਰਸ ਸ਼ਵੇਤਾ ਸ਼ਰਮਾ ਤੇ ਫਾਇਰਿੰਗ ਕੀਤੀ ਗਈ। ਦੱਸਦੇ ਕਿ ਸਰਹਾਲੀ ਰੋਡ ਤੇ ਹੋਮਿਓਪੈਥੀ ਹਸਪੀਟਲ ਹੈ, ਜਿੱਥੇ ਇਹ ਗੋਲੀ ਦੀ ਵਾਰਦਾਤ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੱਟੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਦੇ ਕਿ ਬਦਮਾਸ਼ ਨੇ ਜਿਹੜੇ ਹਸਪੀਟਲ ਦੇ ਵਿੱਚ ਦਾਖਲ ਹੋਏ, ਪਹਿਲਾਂ ਡਾਕਟਰ ਦਾ ਨਾਮ ਪੁੱਛਿਆ, ਫਿਰ ਉਸਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ। ਕੋਲ ਖੜੀ ਨਰਸ ਦੀ ਬਾਂਹ ਤੇ ਵੀ ਗੋਲੀ ਚਲਾ ਦਿੱਤੀ। ਫਿਲਹਾਲ ਦੋਵੇਂ ਖਤਰੇ ਤੋਂ ਬਾਹਰ ਨੇ। ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਇਹ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੇੜੇ ਦੇ ਹਸਪੀਟਲ ਦੇ ਸੀਸੀਟੀਵੀ ਕੈਮਰੇ ਖੁੰਗਾਲੇ ਜਾ ਰਹੇ ਨੇ। ਮੈਂ ਬਾਜ਼ਾਰ ਗਿਆ ਸੀ ਛੋਟਾ ਬਰੇ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ। ਕੀ ਨਾਮ ਜੀ ਉਹਨਾਂ ਦਾ? ਉਹਨਾਂ ਦਾ ਨਿਸ਼ਾਨ ਸਿੰਘ ਆ ਜੀ। ਇੱਕ ਹੈਲਪਰ ਸੀ ਮੇਰੇ ਬੈਠੇ ਉੱਥੇ ਸ਼ਵੇਤਾ ਸ਼ਰਮਾ, ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ। ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ, ਇੱਕ ਗੋਲੀ ਉਹਨਾਂ ਨੇ ਮੇਰੇ ਹੈਲਪਰ ਸ਼ਵੇਤਾ ਸ਼ਰਮਾ ਤੇ ਲੱਗੀ ਹੈ ਜੀ। ਕੋਈ ਉੱਥੇ ਲੁੱਟ ਖੋਹ ਵਗੈਰਾ ਦੀ ਕੋਈ? ਲੁੱਟ ਖੋਹ ਕੋਈ ਨਹੀਂ ਹੋਈ ਜੀ, ਉਹਨਾਂ ਨਾ ਹੀ ਪੁੱਛਿਆ ਜੀ, ਬਸ ਨਾ ਪੁੱਛ ਕੇ ਗੋਲੀ ਮਾਰ। ਨਾ ਕਿਹਨਾਂ ਦਾ ਪੁੱਛਿਆ ਜੀ ਉਹਨਾਂ ਨੇ? ਛੋਟੇ ਬ੍ਰਦਰ ਦਾ ਜੀ। ਅੱਛਾ, ਉਹਨਾਂ ਦਾ ਹੀ ਨਾ ਪੁੱਛਿਆ ਔਰ ਉਹਨਾਂ ਨੂੰ ਹੀ ਉਹਨਾਂ ਨੇ? ਹਾਂਜੀ ਹਾਂਜੀ। ਕੋਈ ਤੁਹਾਡਾ ਕਿਸੇ ਨਾਲ ਕੋਈ? ਨਹੀਂ ਜੀ, ਕੋਈ ਵੈਰ ਵਿਰੋਧ ਨਹੀਂ ਹੈਗਾ ਜੀ ਕਿਸੇ। ਤੁਸੀਂ ਪ੍ਰੋਪਰ ਪੱਟੀ ਦੇ ਰਹਿਣ ਵਾਲੇ? ਤੁਸੀਂ? ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ। ਅੱਛਾ, ਤੁਸੀਂ ਦਦੇਰ ਸਾਹਿਬ ਤੋਂ ਆਣ ਕੇ ਇੱਥੇ ਕਲੀਨਿਕ ਕਦੋਂ ਦੇ ਕਰ ਰਹੇ? 4 ਸਾਲ ਹੋ ਗਏ ਜੀ ਇੱਥੇ ਕਰਦੇ ਨੂੰ। ਠੀਕ ਹੈ ਜੀ। ਤੇ ਇਸ ਸੰਬੰਧੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ, ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ? ਨਾ ਜੀ, ਨਾ ਜੀ, ਕਦੀ ਕੁਛ ਇਸ ਤਰ੍ਹਾਂ ਹੋਇਆ ਨਹੀਂ ਜੀ। ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ? ਦੇਖੋ ਜੀ, ਉਹਨੇ ਤਾਂ ਪਤਾ ਲੱਗ, ਪੁਲਿਸ ਵੀ ਫਾਇਦਾ ਦੱਸੇ ਕਰਕੇ ਦੱਸੇਗੀ ਜੀ ਕਿ ਕੀ ਸਭ ਹੋਇਆ। ਅਸੀਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਜੀ, ਨਾ ਕਿਸੇ ਨਾਲ ਕੋਈ ਲਾਗ ਡਾਡ ਆ। ਠੀਕ ਹੈ ਜੀ। ਇਸ ਤੋਂ ਪਹਿਲਾਂ ਕੋਈ ਇੱਦਾਂ ਦੀ? ਨਾ ਜੀ, ਨਾ ਕਦੀ ਸਾਡਾ ਕਦੀ ਨਾ ਕੋਈ ਝਗੜਾ ਕਰਕੇ ਨਹੀਂ ਹੋਇਆ ਜੀ। ਹੁਣ ਦਵਾਈ ਨਹੀਂ ਦਿੰਦਾ ਲੁੱਟਾਂ ਜੀ? ਮੌਕੇ ਨਹੀਂ ਮੰਨੀ, ਮੌਕੇ ਦਵਾਈ ਵੀ ਇੱਥੋਂ ਹੀ ਮਿਲਦੀ ਆ ਸਾਰੀ ਦੁਕਾਨ ਤੋਂ। ਮੈਂ 4 ਸਾਲ ਹੋ ਛੱਡੀ ਨੂੰ, ਇੰਨਾ ਪੁੱਛਿਆ ਉਹਨੇ ਜਦੋਂ ਗੋਲੀ ਮਾਰ ਲੱਗਾ ਭੱਜ ਗਿਆ ਬਚਾਉਣ ਨੂੰ। ਜਦੋਂ ਭੱਜਿਆ ਭੱਜਦੇ ਤਾਂ ਲਾਤੇ ਵੱਜ ਗਈ। ਨਿਸ਼ਾਨ ਤੇਰਾ ਨਾ ਜਮਾ? ਹਾਂਜੀ, ਕਹਿ ਤੇਰਾ ਨਾ ਜੀ ਮੈਂ ਨਿਸ਼ਾਨ ਸੁਹਾਵੇ ਦੁਕਾਨ ਕਰਦਾ ਦਵਾਈ ਕੱਢਣੀ ਮੋਖਿਆ ਦੀ, ਤੇ ਮੈਂ ਦੁਕਾਨ ਤੇ ਕਰਦਾ ਰਿਹਾ ਸੁਹਾਵੇ, ਪਰ ਸੁਹਾਵੇ ਤੇ ਨੀ ਮੈਂ ਦਵਾਈ ਉੱਥੇ ਮਿਲਣੀ ਮੋਖਿਆ ਦੀ। ਕੋਈ ਲੁੱਟ ਖੋ ਤਾਂ ਨਹੀਂ ਦੁਕਾਨ ਚ? ਨਹੀਂ ਬਾਈ, ਕੋਈ ਲੁੱਟ ਖੋ ਨਹੀਂ ਹੋਈ, ਕੋਈ ਕੁਛ ਕੋਈ ਤੁਹਾਡਾ ਕਿਸੇ ਨਾਲ ਰੰਜਿਸ਼ ਜਾਂ ਕੁਛ ਹੋਰ? ਨਹੀਂ ਬਾਈ। ਇਹ ਦੋਨੇ ਜਿਹੜੇ ਨਿਰਮਲ ਸਿੰਘ ਤੇ ਨਿਸ਼ਾਨ ਸਿੰਘ ਦੋਨੇ ਜਿਹੜੇ ਇੱਥੇ ਹੋਸਪਿਟਲ ਦੇ, ਉਹਨੇ ਖੁੱਲ੍ਹਾ ਦੁਕਾਨ ਕਰਦੇ ਆ। ਪਹਿਲਾਂ ਇਹ 4 ਸਾਲ ਪਹਿਲਾਂ ਸੁਹਾਵੇ ਕਰਦੇ ਸੀ, ਅਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਅਤੇ ਉਹ ਆਪਣਾ ਫਾਇਰਿੰਗ ਕਰਕੇ ਗਏ। ਇੱਕ ਇਹਦੇ ਨਿਸ਼ਾਨ ਸਿੰਘ ਦੀ ਗੋਲੀ ਲੱਗੀ ਆ ਅਤੇ ਇੱਕ ਨਾਲ ਉੱਥੇ ਇਹਨਾਂ ਦੀ ਲੜਕੀ ਸੀ ਉਹਦੇ ਅਰਥ ਦੇ ਲੱਗੀ। ਦੇਖਿਓ ਹੁਣ ਗਾਹ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਹੈ। ਕੀ ਸਰ ਕਿੰਨੇ ਫੈਰ ਹੋਏ ਜੀ? 2 ਫੈਰ ਹੋਏ।